ਨਾ ਤੁਹਾਨੂੰ ਡੂੰਘਾ ਹੋਊਗਾ ਸ਼ਾਇਦ ਆ ਪਤਾ ਲੱਗਦਾ ਨਾ ਆਹ ਕਸੀਰ ਨੇ ਕਣਕ ਜਿਵੇਂ ਸਾਫ਼ ਹੈ ਠੀਕ ਹੈ ਛੋਲੇ ਨੇ ਉਹ ਵੀ ਸਾਫ਼ ਹੈ ਬਾਕੀ ਆਪਣਾ ਤਾਂ ਤੁਹਾਨੂੰ ਪਤਾ ਹੀ ਹੈ ਬਈ ਠੀਕ ਹੈ ਸਾਰਾ ਕੁਛ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਯੂਟਿਊਬ ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਅਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਵਾਹਿਗੁਰੂ ਕੀ ਅਰਦਾਸ ਕਰਦੇ ਸਭ ਦੇ ਘਰ ਪਰਿਵਾਰ ਤੰਦਰੁਸਤ ਅਤੇ ਚੜ੍ਹਦੀ ਕਲਾ ਚ ਹੋਣ ਸੋ ਅੱਜ ਬਈ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਬਈ ਕਈ ਭਰਾਵਾਂ ਦੇ ਕਮੈਂਟ ਹੁੰਦੇ ਸੀਗੇ ਵੀ ਬਈ ਖੁਰਾਕ ਬਾਰੇ ਦੱਸ ਦਿਉ ਖੁਰਾਕ ਬਾਰੇ ਦੱਸ ਦਿਉ ਹੈ ਨਾ ਅਤੇ ਕਈ ਭਰਾ ਪਰਸਨਲ ਵੀ ਪੁੱਛਦੇ ਸੀ ਖੁਰਾਕ ਬਾਰੇ ਸੋ ਅੱਜ ਬਈ ਵੀਡੀਓ ਪਾਉਣ ਲੱਗਿਆਂ ਖੁਰਾਕ ਦੀ ਸੋ ਭਰਾ ਬਣ ਕੇ ਸਾਰੇ ਧਿਆਨ ਨਾਲ ਦੇਖਿਓ ਅਤੇ ਵੀਡੀਓ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਪੂਰੀ ਦੇਖਿਆ ਕਰੋ ਯਾਰ ਠੀਕ ਆ ਵੀਡੀਓ ਤੁਸੀਂ ਭਜਾ ਕੇ ਹੈ ਨਾ ਸਕਿੱਪ ਕਰਕੇ ਦੇਖਦੇ ਹੋ ਠੀਕ ਆ ਬਈ ਵੱਧੋ ਵੱਧ 10 ਮਿੰਟਾਂ ਦੀ ਵੀਡੀਓ ਹੁੰਦੀ ਯਾਰ ਆਪਦੇ ਭਰਾ ਵਾਸਤੇ 10 ਮਿੰਟ ਕੱਢ ਲਿਆ ਕਰੋ ਕਿਉਂਕਿ ਤੁਹਾਡੇ ਪਿਆਰ ਅਤੇ ਤੁਹਾਡੀ ਸਪੋਰਟ ਦੀ ਵੀ ਲੋੜ ਹੈ ਸੋ ਆ ਜਾਓ ਆਪਾਂ ਕਰਦੇ ਹਾਂ ਬਈ ਖੁਰਾਕ ਬਾਰੇ ਗੱਲਬਾਤ ਆਪਾਂ ਕੀ ਪਾਇਆ ਸੋ ਆਹ ਦੇਖੋ ਬਈ ਆਹ ਸਾਰਾ ਭਰ ਲਾ ਰੱਖਿਆ ਠੀਕ ਆ ਆਹ ਦੇਖੋ ਠੀਕ ਹੈ ਇਹਦੇ 'ਚ ਵੀਰੇ ਕਣਕ ਆ ਠੀਕ ਹੈ ਛੋਲੇ ਨੇ ਮੂੰਗੀ ਹੈ ਸਰੋਂ ਹੈ ਅਤੇ ਤਾਰਾ ਮੀਰ ਹੈ ਅਤੇ ਇੱਕ ਫੀਡ ਹੈ ਠੀਕ ਹੈ ਫੀਡ ਆਪਾਂ ਵੱਡੇ ਕਬੂਤਰਾਂ ਕਰਕੇ ਥੋੜ੍ਹੀ ਜਿਹੀ ਵਿੱਚ ਪਾਤੀ ਹੈ ਨਾ ਕਿਉਂ ਵੱਡੇ ਕਬੂਤਰਾਂ ਦੀ ਵੀ ਥੋੜ੍ਹਾ ਜਿਹਾ ਵੀ ਐਂ ਆ ਵੇਟ 'ਚ ਰਹਿਣ ਹੈ ਨਾ ਸੋ ਆਹ ਦੇਖੋ ਥੋੜ੍ਹਾ ਥੋੜ੍ਹਾ ਸਾਰਾ ਕੁਛ ਨਾ ਆਪਾਂ ਅੱਡ ਰੱਖ ਰੱਖਿਆ ਅਤੇ ਇੱਕ ਆਪਾਂ ਇਹਦੇ 'ਚ ਬਾਜਰਾ ਨਹੀਂ ਪਾਇਆ ਬਾਜਰਾ ਤਾਂ ਨਹੀਂ ਪਾਇਆ ਬਈ ਆਹ ਦੇਖੋ ਜਿਵੇਂ ਆਹ ਫੀਡ ਪਈ ਆ ਹੈ ਨਾ ਆਪਣਾ ਰਲਾਇਆ ਪਿਆ ਠੀਕ ਹੈ ਇਹਦੇ 'ਚ ਆਪਣੀ ਸਰੋਂ ਪਈ ਹੈ ਠੀਕ ਹੈ ਆਹ ਦੇਖੋ ਇਹਦੇ 'ਚ ਸਰੋਂ ਪਈ ਹੈ ਇਹਦੇ 'ਚ ਬਾਜਰਾ ਬਈ ਕਿਉਂ ਬਾਜਰਾ ਤਾਂ ਆਪਾਂ ਬਾਹਲਾ ਪਾਉਂਦੇ ਨਹੀਂ ਹੈਗੇ ਵੈਸੇ ਮੈਂ ਜੇ ਪਾਉਣਾ ਹੈ ਨਾ ਵੱਡੇ ਕਬੂਤਰਾਂ ਨੂੰ ਥੋੜ੍ਹੀ ਜਿਹੀ ਮੁੱਠੀ ਭਰ ਕੇ ਸਾਫ਼ ਕਰਕੇ ਪਾਉਣਾ ਪੈਂਦਾ ਬਈ ਆਹ ਦੇਖੋ ਇਹਦੇ 'ਚ ਕੰਡ ਬਹੁਤ ਆ ਹੁਣ ਆਹ ਦੇਖੋ ਬਈ ਬਾਜਰੇ 'ਚ ਸਾਰੇ ਨਾ ਤੁਹਾਨੂੰ ਦੀਂਦਾ ਹੋਊਗਾ ਸ਼ਾਇਦ ਆਹ ਦੇਖੋ ਪਤਾ ਲੱਗਦਾ ਨਾ ਆਹ ਕਸੀਰ ਨੇ ਠੀਕ ਹੈ ਇਹਨਾਂ ਕਰਕੇ ਬਈ ਕਬੂਤਰਾਂ ਦੇ ਗਲ ਖਰਾਬ ਹੋ ਜਾਂਦੇ ਗਲ ਪੱਕ ਜਾਂਦੇ ਤਾਂ ਕਰਕੇ ਆਪਾਂ ਵਿੱਚ ਨਹੀਂ ਲਾਇਆ ਠੀਕ ਹੈ ਇਹ ਆਪਾਂ 5 ਕਿਲੋ ਲਿਆਂਦਾ ਸੀ ਬਾਜਰਾ ਬਾਹਲਾ ਨਹੀਂ ਪਾਉਂਦੇ ਵੱਡੇ ਕਬੂਤਰਾਂ ਨੂੰ ਹੀ ਪਾਵਾਂਗੇ ਇਹਨੂੰ ਧੋ ਕੇ ਆਪਾਂ ਫਿਰ ਵਿੱਚ ਰਲਾਵਾਂਗੇ ਬਾਕੀ ਆਪਣਾ ਆਹ ਦੇਖੋ ਹੁਣ ਸਾਰੀ ਰਲਾਈ ਪਈ ਹੈ ਠੀਕ ਹੈ ਕਣਕ ਹੈ ਜਿਹੜੀ ਵੀਰੇ ਕਣਕ ਹੱਥ ਜੋੜ ਕੇ ਬੇਨਤੀ ਆ ਵੀ ਧੋ ਕੇ ਸਾਫ਼ ਕਰਕੇ ਪਾਇਓ ਅਤੇ ਖੁਰਾਕ ਜੇ ਰਲਾਉਣੀ ਹੁੰਦੀ ਹੈ ਨਾ ਬਈ ਥੋੜ੍ਹੀ ਰਲਾਇਆ ਕਰੋ ਜਿਵੇਂ 15 ਕਿਲੋ ਹੈ ਨਾ 20 ਕਿਲੋ ਰਲਾ ਲਈਆ ਦੇਖੋ ਆਪਾਂ ਹੁਣ 15 ਕਿਲੋ ਰਲਾਈ ਆ ਸਾਰੀ ਹੈ ਨਾ ਇਸੇ ਕਰਕੇ ਵੀ ਆਪਾਂ ਬਾਹਲੀ ਖੁਰਾਕ ਕਈ ਵਾਰੀ ਲਾ ਲੈਂਦੇ ਬਈ ਵਿੱਚ ਸੁਸਰੀ ਪੈ ਜਾਂਦੀ ਹੈ ਠੀਕ ਹੈ ਅਤੇ ਉਹ ਵੀ ਜਾਨਵਰਾਂ ਨੂੰ ਤੁਹਾਨੂੰ ਪਤਾ ਬਿਮਾਰੀ ਕਰਦੀ ਹੈ ਨਾ ਆਹ ਦੇਖੋ ਕਣਕ ਜਿਵੇਂ ਸਾਫ਼ ਹੈ ਠੀਕ ਹੈ ਛੋਲੇ ਨੇ ਉਹ ਵੀ ਸਾਫ਼ ਹੈ ਬਾਕੀ ਆਪਣਾ ਤਾਂ ਤੁਹਾਨੂੰ ਪਤਾ ਹੀ ਹੈ ਬਈ ਠੀਕ ਹੈ ਸਾਰਾ ਕੁਛ ਆਪਣਾ ਮੁੱਲ ਦਾ ਹੀ ਹੁੰਦਾ ਆਪਾਂ ਠੀਕ ਹੈ ਐਵੇਂ ਕਹਿ ਦਈਏ ਤੁਹਾਨੂੰ ਕਣਕ ਵੀ ਮੁੱਲ ਦੀ ਹੈ ਹਰੇਕ ਚੀਜ਼ ਮੁੱਲ ਦੀ ਆ ਬਈ ਮੁੱਲ ਦੀ ਲਿਆ ਕੇ ਪਾਉਣੇ ਆ ਠੀਕ ਹੈ ਅਤੇ ਕੱਲ੍ਹ ਲਿਆਂਦਾ ਸੀ ਦੁਬਾਰਾ ਖਤਮ ਹੋ ਰਹੀ ਸੀ ਮਹਾਂ ਚੱਲਣ ਵਾਲੇ ਭਰਾਵਾਂ ਨੂੰ ਵੀਡੀਓ ਬਣਾ ਕੇ ਦੱਸ ਦਾਂਗੇ ਵੀ ਕੀ ਪਾਇਆ ਆਪਾਂ ਠੀਕ ਹੈ ਇਹਦੇ 'ਚ ਵੀਰੇ ਆਪਾਂ ਛੋਲੇ ਪਾਏ ਨੇ ਕਣਕ ਹੈ ਸਰੋਂ ਹੈ ਤਾਰਾ ਮੀਰਾ ਜ਼ਰੂਰ ਪਾਓ ਬਈ ਤਾਰੇ ਮੀਰੇ ਨਾਲ ਕਹਿੰਦੇ ਜੀਓ ਨਹੀਂ ਪੈਂਦੇ ਕੀੜੇ ਨਹੀਂ ਪੈਂਦੇ ਪੇਟ 'ਚ ਅਤੇ ਨਾਲੇ ਕਬੂਤਰ ਸੈੱਟ ਰਹਿੰਦੇ ਨੇ ਠੀਕ ਹੈ ਆਹ ਹੁਣ ਤੁਸੀਂ ਇਹਦੇ 'ਚ ਦੇਖ ਹੀ ਲਿਆ ਹੋਊਗਾ ਕੀ ਹੈ ਹੈ ਨਾ ਮੂੰਗੀ ਆ ਅਤੇ ਮੋਠ ਹੈ ਬਈ ਦੇਖ ਪਾਉਣ ਨੂੰ ਤਾਂ ਯਾਰ ਜਿੰਨਾ ਕੁਛ ਮਰਜ਼ੀ ਪਾਈ ਜਾਓ ਠੀਕ ਆ ਉਹ ਤੁਹਾਡੇ ਸਿਰ 'ਤੇ ਆ ਬਈ ਠੀਕ ਹੈ ਤਿਲ ਹੁੰਦੇ ਨੇ ਠੀਕ ਹੈ ਭਰਾ ਤਿਲ ਵੀ ਵਿੱਚ ਪਾ ਦਿੰਦੇ ਨੇ ਹੈ ਨਾ ਤੋਰੀਆ ਵੀ ਪਾ ਦਿੰਦੇ ਨੇ ਠੀਕ ਆ ਅਤੇ ਬਾਜਰਾ ਹੋ ਗਿਆ ਹੁਣ ਤੁਹਾਨੂੰ ਮੈਂ ਖੁਰਾਕ 'ਚ ਗਿਣਾ ਸਕਦਾ ਵੀ ਆਪਾਂ ਤਾਂ ਆਹ ਕੁਛ ਹੀ ਪਾਇਆ ਆਪਾਂ ਪਾਇਆ ਵੀਰੇ ਕਣਕ ਛੋਲੇ ਠੀਕ ਹੈ ਸਰੋਂ ਮੂੰਗੀ ਤਾਰਾ ਮੀਰਾ ਠੀਕ ਹੈ ਅਤੇ ਥੋੜ੍ਹੀ ਜਿਹੀ ਵਿੱਚ ਫੀਡ ਸਿੱਟੀ ਹੈ ਆਪਾਂ ਆਹ ਚੀਜ਼ਾਂ ਪਾਈਆਂ ਨੇ ਹੁਣ ਕਈ ਭਰਾ ਕੀ ਕਰਦੇ ਨੇ ਬਈ ਵਿੱਚ ਬਾਜਰਾ ਤੋਰੀਆ ਠੀਕ ਹੈ ਮੂੰਗੀ ਹੋ ਗਈ ਮੋਠ ਹੋ ਗਏ ਛੋਲੇ ਹੋ ਗਏ ਕਣਕ ਹੋ ਗਈ ਸਰੋਂ ਹੋ ਗਈ ਹੈ ਨਾ ਕਈ ਚੀਜ਼ਾਂ ਯਾਰ ਉਹ ਅੱਡੋ ਅੱਡ ਹੁੰਦਾ ਕਈ ਸੂਰਜਮੁਖੀ ਦੇ ਫੁੱਲ ਵੀ ਪਾ ਦਿੰਦੇ ਨੇ ਬਈ ਕਿਉਂ ਅਲੱਗ ਅਲੱਗ ਅੱਗ ਹੈ ਬਈ ਆਪਾਂ ਉਹੋ ਜਿਹੇ ਹਿਸਾਬ ਦੀ ਚੀਜ਼ ਦੱਸਦੇ ਹਾਂ ਬਈ ਜਿੰਨੀ ਕੁ ਆਪਣੇ ਹਿਸਾਬ ਸਿਰ 'ਚ ਹੋਵੇ ਠੀਕ ਆ ਕਿਉਂ ਅੱਜ ਕੱਲ੍ਹ ਤੁਹਾਨੂੰ ਪਤਾ ਬਈ ਖੁਰਾਕਾਂ ਵੀ ਮਹਿੰਗੀਆਂ ਹੋ ਰਹੀਆਂ ਨੇ ਕਬੂਤਰਬਾਜ਼ੀ ਕੋਈ ਸੌਖੀ ਨਹੀਂ ਹੈਗੀ ਗੇਮ ਠੀਕ ਆ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਤੁਹਾਨੂੰ ਵੀ ਪਤਾ ਹੈ ਨਾ ਕਿਉਂ ਮਗਜ਼ ਹੁੰਦੇ ਸੀ ਬਈ 180 ਰੁਪਏ ਕਿਲੋ ਹੁੰਦੇ ਸੀ ਕਿਸੇ ਟਾਈਮ ਠੀਕ ਹੈ ਹੁਣ ਭੈਣ 500 ਦੇ ਨੇੜੇ ਲੱਗੇ ਪਏ ਨੇ ਠੀਕ ਹੈ ਇਹ ਸਿਰਫ ਆਪਣੀ ਕਬੂਤਰਬਾਜ਼ੀ ਕਰਕੇ ਮਗਜ਼ਾਂ ਦਾ ਰੇਟ ਵੀ ਦੇਖ ਲਓ ਕਿੱਥੇ ਪਹੁੰਚ ਗਿਆ ਨਾ ਬਦਾਮਾਂ ਦਾ ਰੇਟ ਦੇਖ ਲਓ ਕਿੱਥੇ ਪਹੁੰਚ ਗਿਆ ਠੀਕ ਹੈ ਆਪਾਂ ਦੇਖ ਲਓ ਚੰਗੀ ਤੋਂ ਚੰਗੀ ਖੁਰਾਕ ਪਾਉਣੇ ਤਾਂ ਹੀ ਕਹਿਣਾ ਕਬੂਤਰਬਾਜ਼ੀ ਸੌਖੀ ਨਹੀਂ ਰਹੀ ਬਈ ਬਹੁਤ ਔਖੀ ਹੋ ਗਈ ਹੈ ਨਾ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਸੋ ਆ ਜੋ ਆਹ ਧਰਦੇ ਹਾਂ ਆਪਾਂ ਜਾਨਵਰਾਂ ਨੂੰ ਠੀਕ ਆ ਆਪਾਂ ਤਾਂ ਖੁਰਾਕ 'ਚ ਇਹ ਚੀਜ਼ਾਂ ਪਾਈਆਂ ਨੇ ਠੀਕ ਆ ਅਤੇ ਇੱਕ ਚੀਜ਼ ਹੋਰ ਠੀਕ ਹੈ
ਜੇ ਕਬੂਤਰ ਤੰਦਰੁਸਤ ਰੱਖਣੇ ਨੇ ਆਪਾਂ ਤੁਹਾਨੂੰ ਸ਼ਾਇਦ ਮੈਂ ਦਿਖਾਇਆ ਨਹੀਂ ਹੈਗਾ ਇੱਥੇ ਕਬੂਤਰ ਦਿਖਾਉਣਾ ਇੱਕ ਤੁਹਾਨੂੰ ਅਤੇ ਇੱਕ ਕਬੂਤਰੀ ਆਹ ਕਬੂਤਰੀ ਫਿਰਦੀ ਆ ਬਾਈ ਚਿੱਟੀਆਂ ਦੀ ਇਹ ਅਤੇ ਖੱਟੀਆਂ ਦਾ ਇੱਕ ਕਬੂਤਰ ਸੀ ਇੱਥੇ ਠੀਕ ਹੈ ਇਹ ਬਾਈ ਥੱਲੋਂ ਹੱਡੀ ਸੁੱਕ ਗਈ ਸੀ ਇਹਨਾਂ ਦੀ ਆਹ ਫਿਰਦਾ ਹਾਂਜੀ ਹੁਣ ਜਮ੍ਹਾਂ ਸੈੱਟ ਹੈ ਬਾਈ ਇਹ ਆਹ ਦੇਖੋ ਆਪਾਂ ਰੋਟੀ ਦੇ ਭੋਰੇ ਜ਼ਰੂਰ ਪਾਉਣੇ ਬਾਈ ਰੋਟੀ ਪੀਕ ਕਰਕੇ ਜ਼ਰੂਰ ਪਾਉਣੇ ਆ ਆਹ ਆਪਣੇ ਜਾਨਵਰ ਨੇ ਬੱਚੇ ਗੱਡੀ ਬੈਠੇ ਆ ਉਹ ਸਾਹਮਣੇ ਗੱਡੀ ਬੈਠੇ ਆ ਉੱਧਰ ਇੱਕ ਗੱਡੀ ਬੈਠਾ ਦੋ ਸੀ ਬਾਕੀ ਆਹ ਧਰੀ ਬੈਠਾ ਆਂਡੇ ਠੀਕ ਆ ਅਤੇ ਖੁਰਾਕ 'ਚ ਵੀਰੇ ਆਪਾਂ ਆਹੀ ਕੁਛ ਹੀ ਪਾਉਣੇ ਆ ਸਾਰਿਆਂ ਨੇ ਹੁਣ ਕਿਉਂਕਿ ਡਾਉਣੇ ਤਾਂ ਹੈ ਨਹੀਂ ਆਪਾਂ ਜੇ ਕੋਈ ਡਾਉਣੇ ਵੀ ਆ ਤਾਂ ਤੁਹਾਨੂੰ ਪਤਾ ਬਈ ਗਾਂਹ ਹੁਣ ਬਹਿਰੀਆਂ ਬਾਜ਼ ਬਾਹਲੇ ਪੈਂਦੇ ਆ ਹੈ ਨਾ ਤਾਂ ਕਰਕੇ ਬਈ ਆਪਾਂ ਡਾਉਂਦੇ ਨਹੀਂ ਹੈਗੇ ਅਤੇ ਆਹ ਕੁਛ ਕੁ ਬੱਚੇ ਨੇਗੇ ਠੀਕ ਆ ਆਪਾਂ ਬਈ ਕੋਈ ਵੀ ਚੀਜ਼ ਹੁੰਦੀ ਹੈ ਠੀਕ ਆ ਆਪਾਂ ਨਾਲ ਦੀ ਨਾਲ ਤੁਹਾਡੇ ਭਰਾਵਾਂ ਨੂੰ ਸ਼ੇਅਰ ਕਰ ਦਿੰਦੇ ਹਾਂ ਬਈ ਠੀਕ ਆ ਆਪਣੇ ਕਈ ਬੱਚੇ ਥੋੜ੍ਹੇ ਜਿਹੇ ਬਿਮਾਰ ਹੋਏ ਸੀਗੇ ਜ਼ੁਕਾਮ ਜ਼ੁਕੂਮ ਜਿਹਾ ਹੋਇਆ ਸੀ ਹੈ ਨਾ ਠੀਕ ਆ ਜਿਵੇਂ ਆਹ ਬੱਚਾ ਫਿਰਦਾ ਲਾਲ ਸਿਰਾ ਆਹ ਖੜਾ ਜਿਹੜਾ ਆਹ ਇਹ ਅਤੇ ਕਾਹ ਮੂਹਰੇ ਆ ਗਿਆ ਇਹ ਦੋਵਾਂ ਨੂੰ ਜ਼ੁਕਾਮ ਹੋ ਗਿਆ ਸੀਗਾ ਬਾਈ ਉਹ ਕਬੂਤਰੀ ਨੂੰ ਹੋ ਗਿਆ ਸੀ ਉਹ ਜਿਹੜੀ ਮਾਤਾ ਨੇ ਦਵਾਈ ਬਣਾਈ ਸੀਗੀ ਲੌਂਗ ਅਤੇ ਕਾਲੀ ਮਿਰਚ ਵਾਲੀ ਠੀਕ ਆ ਉਹਨੂੰ ਬਾਈ ਇੱਕ ਦਿਨ ਹੀ ਦਿੱਤੀ ਆ ਸਵੇਰੇ ਸ਼ਾਮ ਅਤੇ ਕਬੂਤਰੀ ਦਾ ਜ਼ੁਕਾਮ ਸੈੱਟ ਹੋ ਗਿਆ ਸੀਗਾ ਉਹ ਬੱਚਾ ਵੀ ਥੋੜ੍ਹਾ ਜਿਹਾ ਹੋ ਗਿਆ ਸੀ ਜ਼ੁਕਾਮ ਜਿਹੜਾ ਠੀਕ ਆ ਆਹ ਆਪਣੇ ਪੱਠੇ ਨੇਗੇ ਬਾਈ ਅਤੇ ਇੱਕ ਆਪਣੀ ਵੱਡੀ ਕਬੂਤਰੀ ਬੈਠੀ ਆ ਇਹ ਹਜੇ ਆਪਾਂ ਕਬੂਤਰ ਦੇਖੀ ਜਾਂਦੇ ਹਾਂ ਲਾਉਣੀ ਆ ਵੀ ਇੱਕ ਆਹ ਖੜੀ ਆ ਇਹ ਵੀ ਆਪਣੀ ਵੱਡੀ ਕਬੂਤਰੀ ਆ ਆਹ ਕਬੂਤਰੀ ਆ ਬਾਈ ਉਹ ਆਹ ਡੱਕਿਆਂ ਵਾਲੀ ਖੜੀ ਆ ਜਿਹੜੀ ਦੇਖੋ ਹੈ ਜੀ ਇਹਦੀ ਭੈਣ ਵੀ ਆਪਾਂ ਬਾਜੀ ਛੱਡੀ ਸੀਗੀ ਉਹਦੇ ਬਾਈ ਹਵਾ ਹੀ ਇੰਨੀ ਚੱਲ ਪਈ ਸੀਗੀ ਉਹਲੇ ਦੀ 35 ਕਬੂਤਰ ਨਾਲ ਦੇ ਪਿੰਡ ਜਾ ਕੇ ਖੜ ਗਏ 6:30 ਵਜੇ ਕਿਸੇ ਨੇ ਲਾ ਲਈ ਸੀ ਬਾਈ ਮੋੜੀ ਨਹੀਂ ਚਲੋ ਠੀਕ ਆ ਨਹੀਂ ਮੋੜੀ ਤਾਂ ਠੀਕ ਆ ਉਦੋਂ ਬਾਅਦ ਬਾਜੇ ਵਾਲੇ ਦੁਬਾਰਾ ਛੱਡਿਆ ਇਹਦਾ ਭਰਾ ਛੱਡਿਆ ਸੀ ਬਾਈ ਉਹ ਕਬੂਤਰ ਬਾਈ 3:00 ਵਜੇ ਟਾਈਮ 'ਚ ਕੱਟਤਾ ਸੀਗਾ ਗਲਤੀ ਕੱਟਤਾ ਸੀ ਉਹਨਾਂ ਨੇ ਠੀਕ ਆ ਨਾਲੇ ਕਬੂਤਰ ਉੱਤੇ ਫਿਰਦਾ ਸੀ ਕਬੂਤਰ ਥੋੜ੍ਹਾ ਜਿਹਾ ਲੰਬਾ ਜਾਂਦਾ ਸੀ ਆਉਣ ਜਾਣ ਕਰਦਾ ਸੀ ਅਤੇ ਉੱਚੀ ਉੱਡਦਾ ਸੀ ਬਾਈ ਠੀਕ ਆ ਜਮ੍ਹਾਂ ਨੀਵੀਂ ਗਿਆ ਸੀ ਜਮੀ ਸਿਰ ਉੱਤੋਂ ਦੀ ਉਹਨਾਂ ਦੇ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਤਾਂ ਕਰਕੇ ਉਹਨਾਂ ਨੇ ਕਬੂਤਰ ਕੱਟਤਾ ਅਤੇ ਉਹੀ ਗੱਲ 1/2 ਘੰਟੇ ਬਾਅਦ ਕਬੂਤਰ ਉੱਤੇ ਫਿਰਦਾ ਸੀਗਾ ਅਤੇ ਆਪ ਹੀ ਉਹਨਾਂ ਨੇ ਕਿਹਾ ਕਹਿੰਦੇ ਕਬੂਤਰ ਤੇਰਾ ਗਿੱਲਾ ਆ ਫਿਰਦਾ ਸੀ ਅਤੇ ਉੱਚੀ ਖੜਾ ਸੀ ਠੀਕ ਆ ਕਿਉਂ ਕਾਪੀ ਤਾਂ ਉੱਥੇ ਬਾਈ ਨਵਾਂ ਭਰਾ ਸੀਗਾ ਕੋਈ ਜੇ ਧੀਰੇ ਹੋਰੀ ਹੁੰਦੇ ਫਿਰ ਤਾਂ ਆਪਾਂ ਨੂੰ ਲੋੜ ਹੀ ਨਹੀਂ ਪੈਣੀ ਸੀ ਠੀਕ ਆ ਕਿਉਂਕਿ ਉਹਨਾਂ ਦੀ ਤਾਂ ਇਹ ਗੱਲ ਆ ਬਈ ਸਾਦਗੀ ਸਾਧ ਵਰਗੀ ਅੱਖਬਾਜ਼ ਵਰਗੀ ਠੀਕ ਆ ਆਹ ਕੰਮ ਆ ਧੀਰੇ ਹੋਰਾਂ ਦਾ ਤਾਂ ਬਈ ਜਿੱਥੇ ਧੀਰੇ ਹੋਰੀ ਹੋਣ ਬਈ ਉੱਥੇ ਨਾ ਇਨਸਾਫੀ ਹੋ ਹੀ ਨਹੀਂ ਸਕਦੀ ਗੀ ਕੁਛ ਕੁ ਆਪਣੇ ਆਹ ਨੇ ਬਈ ਠੀਕ ਆ ਆਹ ਗੋਲੇ ਦੇ ਭਰਾ ਗੋਲੇ ਦਾ ਭਰਾ ਆਹ ਵੀ ਗੋਲੇ ਦਾ ਉਹ ਵੀ ਗੋਲੇ ਦਾ ਇਹ ਗੋਲੇ ਦੇ ਭਰਾ ਨੇ ਉਹ ਆਪਣਾ ਡੱਕਿਆਂ ਵਾਲਾ ਖੜਾ ਮੋਜੇ ਦਾ ਠੀਕ ਆ ਉਹ ਆਪਣਾ ਰਾਜਨ ਵਾਲੇ ਦਾ ਪੱਠਾ ਉਹ ਖੜਾ ਸਾਹਮਣੇ ਅਤੇ ਉਹ ਆਪਣਾ ਸ਼ਾਖ ਆ ਜਿਹੜਾ ਆਪਾਂ ਉੱਥੇ ਫੁੱਲੂ ਵਾਲੇ ਛੱਡਿਆ ਸੀਗਾ ਬਈ ਉੱਥੇ ਟਾਈਮ 'ਚ ਕੱਟ ਗਿਆ ਸੀ ਧੀਰੇ ਵਾਲੇ ਕਬੂਤਰ ਨਾਲ ਬਈ ਤਾਰੀ ਦਾ ਸੀਗਾ ਧੀਰੇ ਦਾ ਕਬੂਤਰ ਉਹ ਅਤੇ ਆਪਣੇ ਵਾਲਾ ਅਤੇ ਇੱਕ ਕਬੂਤਰ ਹੋਰ ਸੀਗਾ ਤਿੰਨੇ ਜਾ ਕੇ ਕਲੀਪੁਰ ਖੜ ਗਏ ਸੀ ਨਾਲ ਦੇ ਪਿੰਡ ਟਾਈਮ ਕਟਾ ਕੇ ਆ ਗਏ ਸੀ ਬਈ ਰਾਤ ਨੂੰ ਉੱਥੇ ਡਿੱਗ ਪਿਆ ਸੀ ਅਗਲੇ ਦਿਨ ਪਤੰਦਰ 9:30 ਵਜੇ ਘਰ 'ਤੇ ਆ ਕੇ ਖੜ ਗਿਆ ਸੀਗਾ ਦੇਖ ਲਓ ਕਿਉਂਕਿ ਇੱਥੋਂ ਸਾਡੇ ਤੋਂ ਬਈ 3 ਕਿਲੋਮੀਟਰ ਹੀ ਆ ਪਿੰਡ ਅਤੇ 1:30 ਵਜੇ ਬਿਠਾਇਆ ਸੀ ਬਈ ਇਹਨੂੰ ਐਂ ਨਹੀਂ ਪਤਾ ਲੱਗਿਆ ਵੀ ਮੈਂ ਉੱਡਿਆ ਹੋਇਆ 2 ਦਿਨ ਹੋ ਗਏ ਮੈਨੂੰ ਠੀਕ ਆ ਅਤੇ ਇਹਨੂੰ ਵਾਹਿਗੁਰੂ ਸੁੱਖ ਰੱਖੇ ਦੁਬਾਰਾ ਛੱਡਾਂਗੇ ਆਹ ਆਪਣਾ ਡੱਬਾ ਜਿਹੜਾ ਲਾਲ ਡੱਬਾ ਬੱਠਾ ਸੀਗਾ ਬਹੁਤ ਸੋਹਣਾ ਉੱਡਿਆ ਸੀ ਐਤਕੀ ਬਾਜੀ ਛੱਡਣਾ ਸੀਗਾ ਰਹਿ ਗਿਆ ਸੀਗਾ ਸੋ ਆਹ ਖੁਰਾਕ ਬਣਾਈ ਆ ਬਈ ਆਪਾਂ ਠੀਕ ਆ ਅਤੇ ਇੱਕ ਹੁਣ ਪਾਣੀ ਵਾਲੀਆਂ ਢੋਲੀਆਂ ਪਲਾਸਟਿਕ ਦੀਆਂ ਲਾ ਲਓ ਇੱਧਰ ਵੀ ਵੱਡੀ ਢੋਲੀ ਲਾਉਣੀ ਆ ਆਪਾਂ ਠੀਕ ਆ ਅਤੇ ਹਜੇ ਲਾਈ ਨਹੀਂ ਕਿਉਂਕਿ ਲਿਆਉਣ ਵਾਲੀ ਆ ਇੱਕ ਢੋਲੀ ਰਹਿ ਗਈ ਸੀ ਆਪਣੀ ਲਿਆਉਣ ਵਾਲੀ ਆਹ ਦੇਖੋ ਜਿਵੇਂ ਇੱਧਰ ਵੀ ਆਪਾਂ ਆਹ ਢੋਲੀਆਂ ਲਾਈਆਂ ਨੇ ਬਾਈ ਠੀਕ ਆ ਇਹਨਾਂ 'ਚ ਬਾਈ ਪਾਣੀ ਜਿਹੋ ਜਿਹਾ ਪਾਉਂਗੇ ਉਹੋ ਜਿਹਾ ਹੀ ਹੋਜੂਗਾ ਕਿਉਂ ਗਾਂਹ ਸਰਦੀ ਆ ਆਹ ਮੌਸਮ 'ਚ ਬਾਈ ਜਾਨਵਰ ਆਪਣੇ ਸੁੱਕਦੇ ਹੁੰਦੇ ਜਾਂ ਜ਼ੁਕਾਮ ਜ਼ੁਕੂਮ ਜ਼ਿਆਦਾ ਲੱਗਦਾ ਹੁੰਦਾ ਠੀਕ ਆ ਮੱਛਰਾਂ ਵਾਸਤੇ ਵੀ ਤੁਹਾਨੂੰ ਦੱਸਾਂਗੇ ਬਾਈ ਠੀਕ ਆ ਮੱਛਰਾਂ ਤੋਂ ਬਚਾਅ ਵਾਸਤੇ ਠੀਕ ਆ ਆਹ ਦੇਖੋ ਆਹ ਹੁਣ ਛਕੀ ਜਾਂਦੇ ਨੇ ਆਹ ਆਪਣਾ ਗੋਲਾ ਫਿਰਦਾ ਗੋਲਾ ਨਹੀਂ ਇਹ ਕਾਲਾ ਹੋ ਗਿਆ ਬਾਈ ਹੁਣ ਦੇਖ ਲਓ ਪਹਿਲਾਂ ਗੋਲਾ ਜਿਹਾ ਸੀ ਹੁਣ ਕਾਲੇ ਰੰਗ ਦਾ ਹੋ ਗਿਆ ਇਹਦੇ ਵੀ ਭੈਣ ਭਾਈ ਉਹ ਸਾਰੇ ਬਥੇਰੇ ਕਢਾਏ ਨੇ ਉਹ ਆਪਣਾ ਸ਼ਾਖਾ ਬੈਠਾ ਬਾਕੀ ਤੁਹਾਨੂੰ ਜੋੜੀਆਂ ਦੇ ਆਹ ਬਾਈ ਦਾ ਬੱਲੂ ਮੌੜ ਵਾਲਿਆਂ 'ਚੋਂ ਰਾਜਨ ਵਾਲਿਆਂ 'ਚੋਂ ਜਿਨ੍ਹਾਂ ਦੇ ਅੱਖਾਂ 'ਚ ਤੀਰ ਪੈਂਦੇ ਨੇ ਉਹ ਲਾਡਾ ਇਹ ਵੀ ਆਂਡੇ ਧਰਾਉਣ ਵਾਲਾ ਹੁਣ ਬਾਈ ਤੋਂ ਆਪਾਂ ਬੱਚੇ ਕਢਾਉਣ ਨੂੰ ਲਿਆਂਦਾ ਹੋਇਆ ਠੀਕ ਆ ਸਾਰਿਆਂ ਦੀਆਂ ਜੋੜੀਆਂ ਦੀਆਂ ਵੀ ਤੁਹਾਨੂੰ ਵੀਡੀਓ ਪਾਵਾਂਗੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਹੁਣ ਤੁਹਾਨੂੰ ਖੁਰਾਕ ਦਾ ਪਤਾ ਲੱਗ ਗਿਆ ਆਹ ਆਪਣਾ ਪੁਰਾਣਾ ਖੁੱਡਾ ਹਜੇ ਇਹ ਆਪਾਂ ਬਸ ਹੁਣ ਧੋਣਾ ਕਿਉਂਕਿ ਆਹ ਬੱਚੇ ਸੀਗੇ ਬਾਈ ਬੱਚੇ ਵੱਡੇ ਹੋ ਗਏ ਇੱਕ ਬੱਚਾ ਉੱਧਰ ਗੱਡੀ ਬੈਠੇ ਆ ਬਾਕੀ ਆਪਣੀਆਂ ਆਹ ਜੋੜੀਆਂ ਲਾਈਆਂ ਹੋਈਆਂ ਕੁਛ ਆਹ ਆਪਾਂ ਬਾਈ ਤੋਂ ਜਿਹੜਾ ਹਜ਼ਾਰਾ ਲਿਆਂਦਾ ਸੀ ਅਤੇ ਉਹ ਬੈਠਾ
ये दो कबूतर बच्चों वास्ते लियांदे ने आ राजन वालियां चो कबूतरी इहदे बच्चे करके आपां ये खुडा नहीं ढाया हजे उधर बच्चा कढ़ी बैठी है ओ बैठा ठीक है हाँ कुछ कु जोड़िया ने इधर आ भी बाजी तो लास्ट वाले 5:30 बजे हल गई सी नाल दे पिंड वग गई सी आ अपनी खट्टिया अखा दी वड्डी कबूतरी ठीक है ये आपां उगी रंगे जी नाल लाई है तो वह चिट्टिया वाले नाल अपनी आ शाह की कबूतरी लाई है ठीक है हाँ बच्चा भी वड्डा हो गया बस हुण चक लांगे चक के दे खुड्डा भी आपां हुण ढा दांगे बई तो ब्लैक ही आ सुआह है बई आप खुराक बनाई है ऐतकी दोबारा फिर दिखा दिना थोनू आपाई है बई कणक छोले सरों मूंगी तारा मीरा ते थोड़ी जी फीड ठीक है तारा मीरा दिखा दा कहूँगे भी पता ही नहीं लगता आ देखो बई आ तारा मीरा ते सरों है ठीक है यह आप 5 चीज़ा पाइया बाजरा आप पाया नहीं है बई क्योंकि बाजरा धोन वाला ठीक है बाजरा पाना तो बड़ियां जोड़ियां नू थोड़ा मोटा पा सकते भी कबूतर गर्म रहन ते मस्त रहन ठीक है मस्ती करके ही आप पाए सी ठीक है बाकी आप ज़्यादा नहीं पाते सो भरा बन के हाथ जोड़ के बेनती है वध तो वध वीडियो नू लाइक शेयर कमेंट जरूर करया करो लव यू आ सारे भरावां नू दिलों रिस्पैक्ट है।